ਕੀ ਨਾਮ ਹੈ ਜੀ ਤੁਹਾਡਾ? ਸਾਰਿਆਂ ਨੂੰ ਔਰ ਪਹਿਲੇ ਨਮਸਕਾਰ ਸਰ। ਕਿੰਨੀ ਫਸਲ ਜਿਹੜੀ ਹੈਗੀ ਹੈ ਉਹ ਰੋਜ਼ ਦੀ ਹੋ ਜਾਂਦੀ ਹੈ, ਔਰ ਬਾਕੀ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ? ਮੇਰਾ ਨਾਮ ਜਸ਼ਪਾਲ ਸਿੰਘ ਹੈ, ਸਨ ਆਫ ਸ੍ਰੀ ਚਰਨ ਸਿੰਘ, ਪਿੰਡ ਖੁਆਨਾ, ਤਹਿਸੀਲ ਪਠਾਨਕੋਟ, ਡਿਸਟ੍ਰਿਕਟ ਪਠਾਨਕੋਟ। ਦੇਖੋ, ਮੈਨੂੰ 10 ਸਾਲ ਹੋ ਗਏ ਮਸ਼ਰੂਮ ਦਾ ਕੰਮ ਕਰਦਿਆਂ, ਅਤੇ ਮੈਂ 25-26 ਕੁਇੰਟਲ ਪ੍ਰੋਡਕਸ਼ਨ ਤੋਂ ਚਾਲੂ ਕੀਤਾ ਸੀ, ਅਤੇ ਅੱਜ ਮੈਂ ਕੋਈ 350-400 ਕੁਇੰਟਲ ਪ੍ਰੋਡਕਸ਼ਨ ਸਾਲ ਦੀ ਕੱਢਦਾ ਪਿਆ, ਰਲਾ ਮਿਲਾ ਕੇ 350-400 ਕੁਇੰਟਲ ਦੇ ਵਿੱਚ ਹੀ ਹੈ। ਰੋਜ਼ ਦੀ 5-5 ਕੁਇੰਟਲ ਵੀ ਹੋ ਜਾਂਦੀ ਹੈ, 3 ਵੀ ਆ ਜਾਂਦੀ, 2 ਵੀ ਆ ਜਾਂਦੀ ਹੈ, 1 ਵੀ ਹੁੰਦੀ ਹੈ, ਉਹ ਪ੍ਰੋਡਕਸ਼ਨ 'ਤੇ ਡਿਪੈਂਡ ਕਰਦਾ ਹੈ। ਜੇ 5 ਕੁਇੰਟਲ ਪ੍ਰੋਡਕਸ਼ਨ ਐਵਰੇਜਨ ਮੰਨ ਲਈ ਜਾਏ ਰੋਜ਼ ਦੀ, ਤਾਂ 6 ਮਹੀਨੇ ਜਿਵੇਂ ਸਰ ਇਨਫੋਰਮੇਸ਼ਨ ਹੈਗੀ ਹੈ ਕਿ ਇਹ ਖੇਤੀ ਚੱਲਦੀ ਹੈ, ਤਾਂ 5 ਕੁਇੰਟਲ ਦੇ ਹਿਸਾਬ ਨਾਲ ਕਿੰਨਾ ਮੁਨਾਫਾ ਇੱਕ ਦਿਨ ਦਾ ਔਰ ਕਿੰਨਾ 1 ਮਹੀਨੇ ਦਾ ਹੋ ਗਿਆ? ਨਹੀਂ ਸਰ, ਉਹ ਇਸ ਤਰ੍ਹਾਂ ਨਹੀਂ ਹੈ। ਮੁਨਾਫਾ ਜਿਹੜਾ ਇਹ ਮਿਹਨਤ ਤਾਂ ਹੁੰਦਾ, ਉਹਨੂੰ ਖੁੰਬਾਂ ਪਾ ਕੇ ਬੰਦਾ ਕਹੇ ਵੀ ਮੈਂ ਰਿਸ਼ਤੇਦਾਰਾਂ ਦੇ ਘਰ ਘੁੰਮਣਾ, ਅਤੇ ਕੰਮ ਦੇ ਵਿੱਚ ਰਹਿਣਾ ਪੈਂਦਾ ਜੀ। ਅਤੇ 350 ਕੁਇੰਟਲ ਪ੍ਰੋਡਕਸ਼ਨ ਜੇ ਸਾਲ ਦੀ ਹੋਏ, ਅਤੇ 35 ਲੱਖ 100 ਰੁਪਇਆ ਵੀ ਮੰਨ ਕੇ ਚਲੋ, 35 ਲੱਖ ਰੁਪਏ ਦਾ ਕੰਮ ਬੰਦਾ ਸਾਲ ਦਾ ਕਰ ਲੈਂਦਾ, ਜੀ 18-20 ਲੱਖ ਰੁਪਇਆ ਸਾਲ ਦਾ ਕਮਾ ਲੈਂਦਾ ਸਰ। ਕਿਹੜੀਆਂ ਚੀਜ਼ਾਂ ਦਾ ਧਿਆਨ ਜਿਹੜਾ ਹੈਗਾ ਉਹ ਕਿਸਾਨਾਂ ਨੂੰ ਰੱਖਣਾ ਚਾਹੀਦਾ ਹੈਗਾ, ਤੁਹਾਡਾ ਕੀ ਕਹਿਣਾ, ਕੀ ਐਜੂਕੇਟ ਕਰਨਾ ਚਾਹੋਗੇ ਕਿਸਾਨਾਂ ਨੂੰ? ਦੇਖੋ, ਇਹਦੇ ਵਿੱਚ ਸਾਫ਼ ਸਫਾਈ ਬਹੁਤ ਜ਼ਿਆਦਾ, ਸਫਾਈ ਪੂਰੀ ਰੱਖਣੀ ਪੈਂਦੀ ਹੈ, ਇਹ ਨਹੀਂ ਵੀ ਅੰਦਰ ਗੰਦਗੀ ਰਹੇਗੀ। ਬਾਕੀ ਜਿਸ ਤਰ੍ਹਾਂ ਆਪਾਂ ਫਸਲ ਲਾਉਂਦੇ ਹਾਂ, ਫਸਲ ਦੀ ਕੇਅਰ ਕਰੀ ਦੀ ਹੈ, ਉਸੇ ਤਰ੍ਹਾਂ ਇਹਦੀ ਇਹ ਲਿਫਾਫੇ ਨੇ ਤਾਂ ਆਪੇ ਕੁਛ ਦੱਸਣਾ ਨਹੀਂ, ਆਪੇ ਲੈਣਾ ਪੈਂਦਾ ਉਹਦੇ ਤੋਂ ਵੀ ਕੀ ਕਰਦਾ ਪਿਆ, ਕੀ ਮੰਗਦਾ ਪਿਆ, ਪਾਣੀ ਮੰਗਦਾ ਪਿਆ, ਹਿਊਮਿਡਿਟੀ ਮੰਗਦਾ ਪਿਆ, ਟੈਂਪਰੇਚਰ ਮੰਗਦਾ ਪਿਆ, ਇਹਨਾਂ ਚੀਜ਼ਾਂ ਨੂੰ, ਤਿੰਨਾਂ ਚੀਜ਼ਾਂ ਨੂੰ ਮੇਨਟੇਨ ਕਰਨਾ ਪੈਂਦਾ ਜੀ। ਇਸ ਤੋਂ ਇਲਾਵਾ ਕੋਈ ਪੈਸਟੀਸਾਈਡ, ਕੋਈ ਖਾਸ ਤਰ੍ਹਾਂ ਦੀ ਖਾਦ ਜਾਂ ਫਿਰ ਹੋਰ ਟੈਂਪਰੇਚਰ ਮੇਨਟੇਨੈਂਸ ਦਾ ਕਿਵੇਂ ਦੇਖਦੇ ਹੋ ਤੁਸੀਂ? ਟੈਂਪਰੇਚਰ ਲਈ ਟੈਂਪਰੇਚਰ ਮੀਟਰ ਰੱਖੇ ਆ, ਖਾਦ ਬੰਦੇ ਨੂੰ ਐਕਸਪੀਰੀਅੰਸ ਹੋ ਹੀ ਜਾਂਦਾ, ਉਹ ਦੇਖ ਕੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਖਾਦ ਠੀਕ ਹੈ ਜਾਂ ਨਹੀਂ। ਜਿਸ ਤਰ੍ਹਾਂ ਤੂੰ ਚੱਕਰ ਮਾਰਿਆ ਸ਼ੈੱਡ ਦੇ ਵਿੱਚ, ਆਪਣੇ ਆਪ ਪਤਾ ਲੱਗਦਾ ਪਿਆ ਵੀ ਕੀ ਮੰਗਦਾ ਪਿਆ। ਹੋਰ ਹੋਰ ਕੀ ਕਹਿਣਾ ਚਾਹੋਗੇ ਕਿਸਾਨਾਂ ਨੂੰ? ਵਧੀਆ ਕੰਮ ਹੈ ਸਰ, ਠੀਕ, ਮਿਹਨਤ ਦਾ ਕੰਮ ਹੈ, ਵਧੀਆ ਕੰਮ ਹੈ। ਕੀ ਨਾਮ ਹੈ ਜੀ ਤੁਹਾਡਾ, ਔਰ ਕਿਵੇਂ ਕਰਦੇ ਹੋ ਮਸ਼ਰੂਮ ਦੀ ਖੇਤੀ, ਕਿੰਨਾ ਮੁਨਾਫਾ ਹਾਸਿਲ ਹੁੰਦਾ ਰੋਜ਼ ਦਾ? ਮੇਰਾ ਨਾਮ ਅਮੀ ਠਾਕੁਰ ਹੈ, ਔਰ ਮਸ਼ਰੂਮ ਦੀ ਜਿਹੜੀ ਖੇਤੀ ਹੈਗੀ ਹੈ ਇਹਦੇ ਵਿੱਚ ਮੁਨਾਫਾ ਜਿੰਨੀ ਤੁਸੀਂ ਮਿਹਨਤ ਕਰ ਲਓਗੇ ਉਨਾ ਤੁਸੀਂ ਮੁਨਾਫਾ ਕਮਾ ਲਓਗੇ, ਔਰ ਇਹਦੇ ਵਿੱਚ ਮਿਹਨਤ ਬਹੁਤ ਜ਼ਿਆਦਾ ਹੈਗੀ ਹੈ। ਤੁਹਾਨੂੰ ਮਤਲਬ 24 ਘੰਟੇ ਫਾਰਮ ਦੇ ਅੰਦਰ ਰਹਿਣਾ ਚਾਹੀਦਾ, ਇਹਦੇ ਵਿੱਚ ਅਣਗਹਿਲੀ ਬਿਲਕੁਲ ਨਹੀਂ ਹੈਗੀ ਹੈ, ਸਾਫ਼ ਸਫਾਈ ਪੂਰੀ ਚਾਹੀਦੀ ਹੈ, ਔਰ ਮੰਡੀਕਰਨ ਵੀ ਅਸੀਂ ਆਪ ਕਰਦੇ ਹਾਂ। ਮੰਡੀਕਰਨ ਜਿੰਨੀ ਮਰਜ਼ੀ ਮਸ਼ਰੂਮ ਹੋਏ ਉਹ ਮਤਲਬ ਕਿ ਵਿਕ ਜਾਂਦੀ ਹੈ, ਇਹ ਨਹੀਂ ਕਿ ਮਾਲ ਵਾਪਸ ਆਏਗਾ ਜਾਂ ਨਹੀਂ ਵਿਕੇਗਾ, ਜਿੰਨਾ ਰੇਟ ਮੰਡੀ ਚੱਲ ਰਿਹਾ ਤੁਸੀਂ ਰੇਟ ਥੋੜ੍ਹਾ ਜਿਹਾ ਡਾਊਨ ਕਰ ਦਿਓ, ਵਿਕ ਜਾਏਗੀ। ਇਸ ਤੋਂ ਇਲਾਵਾ ਹੋਰ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ? ਕਿਸਾਨਾਂ ਨੂੰ ਇਹੀ ਬੇਨਤੀ ਹੈ ਕਿ ਕੰਮ ਸ਼ੁਰੂ ਕਰਨਾ ਚਾਹੀਦਾ ਆ, ਘੱਟ ਲੈਵਲ 'ਤੇ ਸ਼ੁਰੂ ਕਰਨ, ਬਸ ਮਿਹਨਤ ਵਾਲਾ ਕੰਮ ਬੰਦਾ ਹੋਣਾ ਚਾਹੀਦਾ ਆ, ਬਾਕੀ ਕੰਮ ਕੋਈ ਘਾਟੇ ਬੰਦ ਨਹੀਂ ਹੈਗਾ। ਕਿਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ? ਇਹਦੇ ਵਿੱਚ ਸਾਫ਼ ਸਫਾਈ ਜ਼ਰੂਰੀ ਹੈ, ਪਹਿਲਾਂ ਕੋਈ ਇਹਦੇ ਵਿੱਚ ਗੰਦਗੀ ਨਹੀਂ ਹੋਣੀ ਚਾਹੀਦੀ, ਸਾਫ਼ ਸਫਾਈ, ਔਰ ਨਾ ਕਿ ਜਿਹੜੇ ਬੰਦੇ ਕੰਮ ਕਰ ਰਹੇ ਆ ਉਹੀ ਅੰਦਰ ਜਾ ਸਕਦੇ ਆ, ਹੋਰ ਕੋਈ ਉਪਰਾ ਬੰਦਾ ਨਹੀਂ ਅੰਦਰ ਆ ਸਕਦਾ, ਕਿਉਂਕਿ ਸਾਡੇ ਨਾਲ ਵੀ ਇਨਫੈਕਸ਼ਨ ਅੰਦਰ ਜਾਏਗੀ ਹੈ, ਔਰ ਇਹਨੂੰ ਬਿਮਾਰੀ ਬਿਲਕੁਲ ਬੜੀ ਜਲਦਾ ਜਲਦੀ ਆ ਜਾਂਦੀ ਹੈ, ਔਰ ਬਸ ਬਿਮਾਰੀ ਦਾ ਖਿਆਲ ਰੱਖਣਾ ਚਾਹੀਦਾ। ਜਿਵੇਂ ਕਿਸਾਨ ਵੀਰੋ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਮੇਂ ਸਮੇਂ 'ਤੇ ਕੈਂਪਾਂ ਰਾਹੀਂ, ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਨੂੰ, ਖਾਸ ਕਰਕੇ ਨੌਜਵਾਨ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ, ਖਾਸ ਕਰਕੇ ਕਣਕ ਦੇ ਝੋਨੇ ਦੇ ਫਸਲੀ ਚੱਕਰ ਦੇ ਨਾਲ ਸਹਾਇਕ ਖੇਤੀਬਾੜੀ ਕਿੱਤੇ ਜਿਹੜੇ ਆ ਉਹ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਂਦਾ, ਤਾਂ ਜੋ ਉਹਨਾਂ ਦੀ ਰੋਜ਼ਮਰਾ ਦੀ ਜਿਹੜੀ ਜ਼ਿੰਦਗੀ ਦੇ ਵਿੱਚ ਜੋ ਆਮਦਨ ਆ ਉਹ ਹੁੰਦੀ ਰਹੇ। ਸੋ ਇਸ ਦੇ ਵਿੱਚ ਜਿਹੜਾ ਵਾ ਜਿਹੜਾ ਡੇਅਰੀ ਫਾਰਮਿੰਗ ਆ, ਪਸ਼ੂ ਪਾਲਣ ਪਾਲਣੇ ਆ, ਮਸ਼ਰੂਮ ਆ, ਪੋਲਟਰੀ ਆ, ਬੱਕਰੀ ਪਾਲਣੇ ਆ, ਜਿਸ ਤਰ੍ਹਾਂ ਮੱਛੀ ਪਾਲਣੇ ਆ, ਸੋ ਇਹ ਜਿਹੜੇ ਕਿੱਤੇ ਆ ਇਹ ਕਾਫ਼ੀ ਜਿਹੜੇ ਆ ਫਾਰਮਰ ਨੂੰ ਇੱਕ ਸਹਾਇਕ ਤੌਰ 'ਤੇ ਜਿਹੜਾ ਵਾ ਅਪਣਾਉਣ ਦੇ ਨਾਲ ਜਿਹੜਾ ਵਾ ਆਮਦਨ ਦਾ ਸਾਧਨ ਬਣ ਜਾਂਦੇ ਆ। ਸੋ ਇਹਦੇ ਵਿੱਚ ਜਿਹੜਾ ਵਾ ਮਸ਼ਰੂਮ ਦਾ ਜਿਹੜਾ ਵਾ ਖੁੰਬਾਂ ਦੀ ਕਾਸ਼ਤ ਵਾਲਾ ਕਿੱਤਾ ਵਾ ਇਸ ਵੇਲੇ ਬਹੁਤ ਵਧੀਆ ਜਿਹੜਾ ਵਾ ਉਹ ਚੱਲ ਰਿਹਾ ਵਾ, ਜਿਹਦੇ ਵਿੱਚ ਕਿ ਹੁਣ ਜਿਹੜਾ ਨਵੰਬਰ ਦਸੰਬਰ ਮਹੀਨਾ ਚੱਲ ਰਿਹਾ ਵਾ ਇਹਦੇ ਵਿੱਚ ਜਿਹੜੀ ਬਟਰ ਮਸ਼ਰੂਮ ਜਿਹੜੀ ਆ ਉਹ ਕਾਫ਼ੀ ਜਿਹੜੀ ਆ ਫਾਰਮਰ ਜਿਹੜੇ ਨੇ ਵੱਡੇ ਪੱਧਰ 'ਤੇ ਕਰ ਰਹੇ ਨੇ। ਸੋ ਪਹਿਲਾਂ ਸੀਗਾ ਹੁੰਦਾ ਕਿ ਉਹ 2-3 ਮਹੀਨੇ ਚੱਲਦੀ ਸੀ ਅਤੇ ਉਹ ਮੁੜ ਕੇ ਜਿਹੜਾ ਆਕਸੀਜਨ ਜਿਹੜਾ ਸੀ ਉਹ ਔਫ ਹੋ ਜਾਂਦਾ ਸੀ, ਪਰ ਹੁਣ ਜਿਹੜੀ ਨਵੀਂ ਟੈਕਨੀਕ ਆਉਣ ਕਾਰਨ ਜਿਹੜੀ ਏ ਸੀ ਜਿਹੜੇ ਚੈਂਬਰ ਬਣਾਉਣ ਕਰਕੇ ਲਾਲ ਜਿਹੜਾ ਵਾ ਸਾਰਾ ਸਾਲ, ਲਗਭਗ ਸਾਰਾ ਸਾਲ ਜਿਹੜਾ ਵਾ ਉਹ ਖੁੰਮਾਂ ਦੀ ਕਾਸ਼ਤ ਜਿਹੜੀ ਹੁੰਦੀ ਰਹਿੰਦੀ ਆ।
ਸੋ ਇਸ ਵੇਲੇ ਜਿਹੜਾ ਵਾ ਉਹ ਬਾਗਬਾਨੀ ਅਤੇ ਬਾਗਬਾਨੀ ਵਿਭਾਗ ਵੱਲੋਂ ਵੀ ਇਸ ਨੂੰ ਪ੍ਰਮੋਟ ਕਰਨ ਲਈ ਇੱਥੇ ਸਬਸਿਡੀ ਜਿਹੜੀ ਆ ਉਹ ਦਿੱਤੀ ਜਾਂਦੀ ਆ। ਇਸ ਤੋਂ ਇਲਾਵਾ ਜਿਹੜੀ ਆ ਉਹ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਵੀ ਟ੍ਰੇਨਿੰਗ ਦਿੱਤੀ ਜਾਂਦੀ ਆ। ਸੋ ਇਹ ਜਿਹੜਾ ਵਾ ਮਸ਼ਰੂਮ ਖੁੰਬਾਂ ਦੀ ਕਾਸ਼ਤ ਕਰਨ ਦਾ ਸਹਾਇਕ ਕੀਤਾ ਵਾ ਕਿਸਾਨਾਂ ਨੂੰ, ਖਾਸ ਕਰ ਨੌਜਵਾਨ ਕਿਸਾਨਾਂ ਨੂੰ ਪਹਿਲਾਂ ਦੀ ਟ੍ਰੇਨਿੰਗ ਲੈ ਕੇ ਫਿਰ ਹੀ ਜਿਹੜਾ ਵਾ ਉਹਦੀ ਸ਼ੁਰੂਆਤ ਕਰਨੀ ਚਾਹੀਦੀ ਆ। ਮੈਂ ਤਾਂ ਵੈਸੇ ਮੇਰੀ ਸਲਾਹ ਇਹ ਹੁੰਦੀ ਹੈ ਕਿ ਜਦੋਂ ਜੇਕਰ ਅਸੀਂ ਕਿਸੇ ਇੰਸਟੀਚਿਊਟ ਤੋਂ ਟ੍ਰੇਨਿੰਗ ਲੈਣ ਤੋਂ ਪਹਿਲਾਂ ਅਸੀਂ ਕਿਸੇ ਜਿਹੜਾ ਫਾਰਮਰ ਕੋਈ ਕਰ ਰਿਹਾ ਵਾ, ਜਿਹੜਾ ਗਾਹ ਵਧੂ ਕਿਸਾਨ ਕਰ ਰਿਹਾ, ਉਹਨੂੰ ਉਹਦੇ ਤੋਂ ਪਹਿਲਾਂ ਮਹੀਨਾ ਡੇਢ ਮਹੀਨਾ ਲਾ ਕੇ ਉਹਨਾਂ ਕੋਲ ਪਹਿਲਾਂ ਮੁੱਢਲੀ ਜਾਣਕਾਰੀ ਲੈ ਲਈ ਜਾਵੇ। ਫਿਰ ਅਸੀਂ ਜਿਹੜਾ ਵਾ ਉਹ ਜਿਹੜੀ ਕਿਸੇ ਸੰਸਥਾ ਤੋਂ ਕੇ ਵੀ ਕੇ ਚਾਹੇ ਬਾਗਬਾਨੀ ਵਿਭਾਗ ਆ ਉਹਨਾਂ ਤੋਂ ਟ੍ਰੇਨਿੰਗ ਲਈ ਜਾਵੇ, ਤਾਂ ਜੋ ਸਾਡੀ ਜਿਹੜੀ ਹੈ ਜੇਕਰ ਬੇਸਿਕ ਅਸੀਂ ਜਿਹੜੀ ਆ ਉਹ ਸਾਨੂੰ ਜਾਣਕਾਰੀ ਹੋਏਗੀ ਫਿਰ ਚੰਗੀ ਤਰ੍ਹਾਂ ਅੰਡਰਸਟੈਂਡਿੰਗ ਕਰ ਸਕਾਂਗੇ। ਸੋ ਕਿਸਾਨ ਨੌਜਵਾਨ ਕਿਸਾਨ ਵੀਰਾਂ ਨੂੰ ਬੇਨਤੀ ਇਹੀ ਹੈ ਕਿ ਮੇਰੀ ਕਿ ਖੇਤੀਬਾੜੀ ਦੇ ਨਾਲ ਕੋਈ ਨਾ ਕੋਈ ਸਹਾਇਕਤਾ ਦਾ ਜ਼ਰੂਰ ਅਪਣਾਉਣ, ਤਾਂ ਜੋ ਜਿਹੜੀ ਸਾਡੀ ਜਿਹੜੀ ਆਮਦਨ ਜਿਹੜੀ ਆ ਉਹਦੇ ਵਿੱਚ ਵਾਧਾ ਹੋ ਸਕੇ ਅਤੇ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਜਿਹੜੀ ਆ ਉਹ ਸੌਖੀ ਹੋ ਸਕੇ। ਸੋ ਦੁਬਾਰਾ ਫਿਰ ਬੇਨਤੀ ਹੈ ਕਿ ਆਪਾਂ ਖੁੰਬਾਂ ਦੀ ਕਾਸ਼ਤ ਜਿਹੜੀ ਆ ਉਹਦੇ ਵੱਲ ਜਿਹੜਾ ਵਾ ਉਹ ਜ਼ਿਆਦਾ ਰਹੀ, ਕਿਉਂਕਿ ਅੱਜ ਜਿਹੜਾ ਵਾ ਖੁੰਬਾਂ ਦੀ ਜਿਹੜੀ ਆ ਟੇਸਟ ਵਧਣ ਨਾਲ ਜਿਹੜਾ ਵਾ, ਕਿਉਂਕਿ ਹਰੇਕ ਵਿਆਹ ਦੇ ਵਿੱਚ ਹਰੇਕ ਜਿਹੜੀ ਪ੍ਰੋਗਰਾਮ ਦੇ ਵਿੱਚ ਮਸ਼ਰੂਮ ਦਾ ਇੱਕ ਨਾ ਇੱਕ ਦੋ ਤਿੰਨ ਜਿਹੜੀਆਂ ਡਿਸ਼ਿਜ਼ ਜਿਹੜੀਆਂ ਨੇ ਉਹ ਬਣਦੀਆਂ ਨੇ। ਸੋ ਮਾਰਕੀਟਿੰਗ ਵਿੱਚ ਕੋਈ ਪ੍ਰੋਬਲਮ ਨਹੀਂ ਹੈ, ਸਿਰਫ ਸਾਨੂੰ ਉਹਦੇ ਜਿਹੜੇ ਗੁਰ ਜਿਹੜੇ ਆ ਜਿਹੜੇ ਕਿ ਕਈ ਵਾਰੀ ਕੁਛ ਫਾਰਮਰ ਜਿਹੜੇ ਸਾਡੇ ਆ ਡਾਇਰੈਕਟ ਵੀ ਡੀਲ ਕਰਦੇ ਆ ਖਪਤਕਾਰ ਦੇ ਨਾਲ, ਚਾਹੇ ਉਹ ਕੈਟਰਿੰਗ ਵਾਲੇ ਨਾਲ, ਉਹ ਜ਼ਿਆਦਾ ਫਾਇਦੇ ਹੁੰਦੇ ਆ। ਸੋ ਮੇਰੀ ਕਿਸਾਨ ਵੀਰਾਂ ਨੂੰ ਦੁਬਾਰਾ ਫਿਰ ਬੇਨਤੀ ਹੈ ਕਿ ਇਸ ਕਿੱਤੇ ਨੂੰ ਵੱਡੇ ਪੱਧਰ 'ਤੇ ਅਪਣਾਇਆ ਜਾਵੇ ਅਤੇ ਉਸ ਤੋਂ ਪਹਿਲਾਂ ਇਹ ਟ੍ਰੇਨਿੰਗ ਜ਼ਰੂਰ ਲਈ ਜਾਵੇ।